ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤਾਜ਼ਾ ਮੰਡੀ ਭਾਅ YouTube ਚੈਨਲ ਅਤੇ Facebook ਪੇਜ 'ਤੇ। ਅੱਜ ਫਿਰ ਹਾਜ਼ਰ ਹੋਏ ਹਾਂ ਮੰਡੀਆਂ ਦੇ ਨਵੇਂ ਰੇਟ ਲੈ ਕੇ। ਵੱਖ ਵੱਖ ਮੰਡੀਆਂ ਦੇ ਵਿੱਚ ਕੀ ਰੇਟ ਅੱਜ ਫਸਲਾਂ ਦੇ ਰਹੇ, ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਹੜੇ ਦੋਸਤ ਪਹਿਲੀ ਵਾਰ ਆਪਣੇ ਚੈਨਲ 'ਤੇ ਆਏ ਆ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ। ਅਗਰ ਇਹ ਵੀਡੀਓ ਤੁਸੀਂ Facebook 'ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦੇ ਨਵੇਂ ਰੇਟਾਂ ਬਾਰੇ ਜਾਣਕਾਰੀ ਮਿਲਦੀ ਰਹੇ। ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਨਰਮਾ ਕਪਾਹ, ਬਾਸਮਤੀ, ਸਰ੍ਹੋਂ, ਗਵਾਰਾ, ਛੋਲੇ, ਮੂੰਗੀ, ਤਿਲ, ਮੂੰਗਫਲੀ ਦੇ ਕੀ ਰੇਟ ਵੱਖ ਵੱਖ ਮੰਡੀਆਂ ਦੇ ਵਿੱਚ ਰਹੇ। ਜਾਖਲ ਮੰਡੀ ਦੇ ਵਿੱਚ ਬਾਸਮਤੀ 1121 3690 ਰੁਪਏ ਕੁਇੰਟਲ ਵਿਕਿਆ, ਅਤੇ 1509 ਦਾ ਰੇਟ 3351 ਰੁਪਏ ਕੁਇੰਟਲ ਰਿਹਾ। 1718 3600 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3362 ਰੁਪਏ ਕੁਇੰਟਲ ਰਿਹਾ। ਅਲੀਗੜ੍ਹ ਮੰਡੀ ਦੇ ਵਿੱਚ ਅੱਜ ਬਾਸਮਤੀ 1509 ਦਾ ਰੇਟ 2960 ਰੁਪਏ ਕੁਇੰਟਲ ਰਿਹਾ, ਅਤੇ ਬਾਸਮਤੀ 1718 3131 ਰੁਪਏ ਕੁਇੰਟਲ ਵਿਕਿਆ। ਜਲਾਲਾਬਾਦ ਮੰਡੀ ਦੇ ਵਿੱਚ ਬਾਸਮਤੀ 1121 3550 ਰੁਪਏ ਕੁਇੰਟਲ ਵਿਕਿਆ। ਪੀਲੀ ਵੰਗਾਂ ਮੰਡੀ ਦੇ ਵਿੱਚ ਅੱਜ ਨਰਮੇ ਦਾ ਰੇਟ 9460 ਰੁਪਏ ਕੁਇੰਟਲ ਰਿਹਾ। ਪਲਵਲ ਮੰਡੀ ਦੇ ਵਿੱਚ ਬਾਸਮਤੀ 1509 ਦਾ ਰੇਟ 2921 ਰੁਪਏ ਕੁਇੰਟਲ ਰਿਹਾ, ਅਤੇ ਬਾਸਮਤੀ 1718 3241 ਰੁਪਏ ਕੁਇੰਟਲ ਵਿਕਿਆ। ਬਾਸਮਤੀ 1121 ਦਾ ਰੇਟ 3412 ਰੁਪਏ ਕੁਇੰਟਲ ਰਿਹਾ। ਉਸ ਤੋਂ ਅੱਗੇ ਗੱਲ ਕਰਦੇ ਹਾਂ ਬੁਲੰਦਸ਼ਹਿਰ ਮੰਡੀ ਦੀ, ਤਾਂ ਇੱਥੇ ਅੱਜ ਬਾਸਮਤੀ 1121 3405 ਰੁਪਏ ਕੁਇੰਟਲ ਵਿਕਿਆ, ਅਤੇ 1509 3051 ਰੁਪਏ ਕੁਇੰਟਲ ਵਿਕਿਆ। ਬਾਸਮਤੀ 1718 ਦਾ ਰੇਟ 3200 ਰੁਪਏ ਕੁਇੰਟਲ ਰਿਹਾ। ਪੰਜਾਬ ਦੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਅੱਜ ਬਾਸਮਤੀ 1121 ਦਾ ਰੇਟ 3300 ਰੁਪਏ ਤੋਂ ਲੈ ਕੇ 3710 ਰੁਪਏ ਕੁਇੰਟਲ ਰਿਹਾ, ਅਤੇ ਬਾਸਮਤੀ 1718 3350 ਰੁਪਏ ਕੁਇੰਟਲ ਵਿਕਿਆ। ਕਲੈਤ ਮੰਡੀ ਦੇ ਵਿੱਚ ਅੱਜ 1121 ਦਾ ਰੇਟ 3481 ਰੁਪਏ ਤੋਂ ਲੈ ਕੇ 3661 ਰੁਪਏ ਕੁਇੰਟਲ ਰਿਹਾ, ਅਤੇ 1718 3250 ਰੁਪਏ ਕੁਇੰਟਲ ਵਿਕਿਆ। ਗਹਾਣਾ ਮੰਡੀ ਦੇ ਵਿੱਚ 1121 ਦਾ ਰੇਟ 3580 ਰੁਪਏ ਕੁਇੰਟਲ ਰਿਹਾ, ਅਤੇ 1718 3400 ਰੁਪਏ ਕੁਇੰਟਲ ਵਿਕਿਆ। ਬਾਸਮਤੀ 1509 ਦਾ ਰੇਟ 3220 ਰੁਪਏ ਕੁਇੰਟਲ ਰਿਹਾ, ਅਤੇ 1401 3000 ਰੁਪਏ ਕੁਇੰਟਲ ਵਿਕਿਆ। ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 1121 ਦਾ ਰੇਟ 3715 ਰੁਪਏ ਕੁਇੰਟਲ ਰਿਹਾ, ਅਤੇ ਮੁੱਛਲ 1401 3250 ਰੁਪਏ ਕੁਇੰਟਲ ਵਿਕਿਆ। 1718 ਦਾ ਰੇਟ 3490 ਰੁਪਏ ਕੁਇੰਟਲ ਰਿਹਾ, ਅਤੇ ਬਾਸਮਤੀ 1509 3155 ਰੁਪਏ ਕੁਇੰਟਲ ਵਿਕਿਆ। ਖੈਰ ਮੰਡੀ ਦੇ ਵਿੱਚ 1509 ਦਾ ਰੇਟ 3111 ਰੁਪਏ ਕੁਇੰਟਲ ਰਿਹਾ, ਅਤੇ 1718 3210 ਰੁਪਏ ਕੁਇੰਟਲ ਵਿਕਿਆ। ਫਤਿਹਗੜ੍ਹ ਚੂੜੀਆਂ ਮੰਡੀ ਦੇ ਵਿੱਚ ਬਾਸਮਤੀ 1121 3720 ਰੁਪਏ ਕੁਇੰਟਲ ਵਿਕਿਆ, ਅਤੇ 1718 3500 ਰੁਪਏ ਕੁਇੰਟਲ ਵਿਕਿਆ। ਨਾਹਰ ਮੰਡੀ ਦੇ ਵਿੱਚ ਨਰਮੇ ਦਾ ਰੇਟ 9000 ਰੁਪਏ ਕੁਇੰਟਲ ਰਿਹਾ, ਅਤੇ ਕਪਾਹ 8250 ਰੁਪਏ ਕੁਇੰਟਲ ਵਿਕੀ। ਗਵਾਰੇ ਦਾ ਰੇਟ 6725 ਰੁਪਏ ਕੁਇੰਟਲ ਰਿਹਾ, ਅਤੇ ਸਰ੍ਹੋਂ 7410 ਰੁਪਏ ਕੁਇੰਟਲ ਵਿਕੀ। ਦੇਸੀ ਮੂੰਗਫਲੀ ਦਾ ਰੇਟ 5525 ਰੁਪਏ ਕੁਇੰਟਲ ਰਿਹਾ, ਅਤੇ ਛੋਲੇ 4860 ਰੁਪਏ ਕੁਇੰਟਲ ਵਿਕੇ। ਮੂੰਗੀ ਦਾ ਰੇਟ 4000 ਰੁਪਏ ਤੋਂ ਲੈ ਕੇ 6751 ਰੁਪਏ ਕੁਇੰਟਲ ਰਿਹਾ। ਰਾਜਸਥਾਨ ਦੀ ਗੋਲੂਵਾਲਾ ਮੰਡੀ ਦੇ ਵਿੱਚ ਨਰਮੇ ਦਾ ਰੇਟ 8500 ਰੁਪਏ ਤੋਂ ਲੈ ਕੇ 9370 ਰੁਪਏ ਕੁਇੰਟਲ ਰਿਹਾ, ਅਤੇ ਸਰ੍ਹੋਂ 7000 ਰੁਪਏ ਤੋਂ ਲੈ ਕੇ 7550 ਰੁਪਏ ਕੁਇੰਟਲ ਵਿਕੀ। ਗਵਾਰੇ ਦਾ ਰੇਟ 6000 ਰੁਪਏ ਤੋਂ ਲੈ ਕੇ 7071 ਰੁਪਏ ਰਿਹਾ, ਅਤੇ ਛੋਲੇ 4800 ਰੁਪਏ ਕੁਇੰਟਲ ਵਿਕੇ। ਮੂੰਗੀ ਦਾ ਰੇਟ 5000 ਰੁਪਏ ਤੋਂ ਲੈ ਕੇ 6199 ਰੁਪਏ ਕੁਇੰਟਲ ਰਿਹਾ, ਅਤੇ ਤਿਲ 10000 ਰੁਪਏ ਕੁਇੰਟਲ ਵਿਕੇ। ਤਰਨ ਤਾਰਨ ਮੰਡੀ ਦੇ ਵਿੱਚ 1121 ਦਾ ਰੇਟ 3200 ਰੁਪਏ ਤੋਂ ਲੈ ਕੇ 3700 ਰੁਪਏ ਕੁਇੰਟਲ ਰਿਹਾ, ਅਤੇ 1718 3000 ਰੁਪਏ ਤੋਂ ਲੈ ਕੇ 3400 ਰੁਪਏ ਕੁਇੰਟਲ ਵਿਕਿਆ। ਬਾਸਮਤੀ 1509 ਦਾ ਰੇਟ 3150 ਰੁਪਏ ਕੁਇੰਟਲ ਰਿਹਾ। ਗੰਗਾਨਗਰ ਮੰਡੀ ਦੇ ਵਿੱਚ ਨਰਮੇ ਦਾ ਰੇਟ 9195 ਰੁਪਏ ਕੁਇੰਟਲ ਰਿਹਾ, ਅਤੇ ਕਪਾਹ
8100 रुपए क्वांटल विकी। सरों का रेट 7000 रुपए तो लैके 7381 रुपए क्वांटल रहा। तो छोले 4700 रुपए क्वांटल विके। मूंगी का रेट 6450 रुपए क्वांटल रहा। रायसिंह नगर मंडी के नरमे का रेट 9170 रुपए क्वांटल रहा। तो सरों 7200 रुपए तो लैके 7651 रुपए क्वांटल विकी। छोलियां का रेट 4725 रुपए क्वांटल रहा। गवारा 7140 रुपए क्वांटल विकया। तो मूंगी का रेट 5500 रुपए तो लैके 6600 रुपए क्वांटल रहा। राजस्थान की संघरिया मंडी के नरमे का रेट 9220 रुपए क्वांटल रहा। तो सरों 7476 रुपए क्वांटल विकी। गवारे का रेट 9195 रुपए क्वांटल रहा। तो मूंगी 6096 रुपए क्वांटल विकी। पंजाब की मलोट मंडी के बासमती 1121 का रेट 3700 रुपए क्वांटल रहा। तो 17-18 3500 रुपए क्वांटल विकया। मुछल 1401 3373 रुपए क्वांटल विकया। सदुल शहर मंडी के नरमे का रेट 9310 रुपए क्वांटल रहा। तो सरों 7500 रुपए क्वांटल विकी। मूंगी का रेट 5500 रुपए तो लैके 6421 रुपए क्वांटल रहा। तो गवारा 6792 रुपए क्वांटल विकया। अनूपगढ़ मंडी के नरमे का रेट 9358 रुपए क्वांटल रहा। उस तो अगे गल करते हैं राजस्थान की बीकानेर मंडी की। तो इतने अज गवारे का रेट 6750 रुपए क्वांटल रहा। तो छोले 4950 रुपए क्वांटल विके। मूंगफली का रेट 4500 रुपए तो लैके 5500 रुपए क्वांटल रहा। पंजाब की गिदड़बाह मंडी के अज नरमे का रेट 9000 रुपए तो लैके 9235 रुपए क्वांटल रहा। कड़साणा मंडी के अज नरमे का रेट 9160 रुपए क्वांटल रहा। तो कपाह 6500 रुपए तो लैके 6875 रुपए क्वांटल विकी। गवारे का रेट 6650 रुपए क्वांटल रहा। तो सरों 7785 रुपए क्वांटल विकी। मूंगी का रेट 6800 रुपए क्वांटल रहा। तो छोले 4275 रुपए क्वांटल विके। उस तो अगे गल करते हैं हरियाणे की एलनाबाद मंडी की। तो इतने अज नरमे का रेट 9140 रुपए क्वांटल रहा। तो कपाह 8400 रुपए क्वांटल विकी। सरों का रेट 7305 रुपए क्वांटल रहा। तो गवारा 6600 रुपए क्वांटल विकया। तो मूंगी का रेट 6400 रुपए क्वांटल रहा। बासमती 1509-2700 रुपए तो लैके 3200 रुपए क्वांटल विकया। तो मुछल 1401-2900 रुपए तो लैके 3210 रुपए क्वांटल विकया। मूंगफली का रेट 3300 रुपए तो लैके 4400 रुपए क्वांटल रहा। चीका मंडी के बासमती 1121 3690 रुपए क्वांटल विकया। तो 1401 का रेट 3385 रुपए क्वांटल रहा। शिवानी मंडी के अज नरमे का रेट 8800 रुपए क्वांटल रहा। तो कपाह 8400 रुपए क्वांटल विकी। सरों का रेट 7525 रुपए क्वांटल रहा। तो गवारा 6650 रुपए क्वांटल विकया। मूंगी का रेट 5800 रुपए क्वांटल रहा। तो तारे मीरे का रेट 6400 रुपए क्वांटल रहा। बरवाला मंडी के नरमे का रेट 8920 रुपए क्वांटल रहा। तो कपाह 8153 रुपए क्वांटल विकी। गवारे का रेट 6251 रुपए क्वांटल रहा। तो बासमती 1121 3751 रुपए क्वांटल विकया। रावतसर मंडी के नरमे का रेट 9300 रुपए क्वांटल रहा। तो कपाह 7622 रुपए क्वांटल विकी। मूंगी का रेट 6400 रुपए क्वांटल रहा। तो सरों 7750 रुपए क्वांटल विकी। सोनीपत मंडी के अज बासमती 1121 का रेट 3521 रुपए क्वांटल रहा। तो बासमती 17-18 3351 रुपए क्वांटल विकया। आदमपुर मंडी के अज नरमे का रेट 9100 रुपए क्वांटल रहा। राजपुरा मंडी के बासमती 1121 3225 रुपए तो लैके 3685 रुपए क्वांटल विकया।
ਸੋ ਕਿਸਾਨ ਵੀਰੋ ਇਹ ਸਨ ਅੱਜ ਵੱਖ ਵੱਖ ਮੰਡੀਆਂ ਦੇ ਵਿੱਚ ਇਹਨਾਂ ਫਸਲਾਂ ਦੇ ਰੇਟ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਨਵੇਂ ਰੇਟ ਲੈ ਕੇ। ਧੰਨਵਾਦ।